प्यारे दोस्तों प्यार भरी सत श्री अकाल जी आज ਅਸੀਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਾਜਵਾ ਸਾਭ ਜੀ ਦੇ ਬਿਆਨ ਬਾਰੇ ਡਿਟੇਲ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਬਾਜਵਾ ਸਾਭ ਜੀ ਨੇ ਇਹ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਆਪਣੀ ਮੰਗ ਬਾਰੇ ਪੁੱਛ ਰਹੇ ਨੇ ਫਾਈਨੈਂਸ ਮਿਨਿਸਟਰ ਸਾਹਿਬ ਇਹ ਦੱਸੋ ਕਿ 올ਡ ਪੈਨਸ਼ਨ ਸਕੀਮ ਦਾ ਐਲਾਨ ਕਦੋਂ ਕੀਤਾ ਜਾਵੇਗਾ ਇੱਕ ਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇੰਪਲੀਮੈਂਟ ਹੋਈ ਸਾਡੀਆਂ ਗੱਲਾਂ ਤੇ ਇਸ ਤੇ ਸਾਨੂੰ ਮਾਣ ਹੈ ਕਿ ਸਾਡੀ ਪਾਰਟੀ ਦੁਆਰਾ ਤਿੰਨ ਜਗ੍ਹਾ ਪੁਰਾਣੀ ਪੈਨਸ਼ਨ ਸਕੀਮ ਜੋ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਹਿਮਾਚਲ ਦੇ ਵਿੱਚ ਅਸੀਂ ਆਏ ਅਸੀਂ ਉਸ ਤੋਂ ਪੰਜਾਬ ਸਰਕਾਰ ਤੋਂ ਬਾਅਦ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ Rajasthan छत्तीसगढ़ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਇਹ ਮੰਗ ਪੰਜਾਬ ਦੇ ਮਲਾਜ਼ਮਾਂ ਦੀ ਹੈ ਕਿ ਦੱਸੋ ਕਿ ਪੁਰਾਣੀ ਪੈਨਸ਼ਨ ਸਕੀਮ ਕਦ ਲਾਗੂ ਕੀਤੀ ਜਾਵੇਗੀ ਉਹਨਾਂ ਦੁਆਰਾ ਇਹ ਸਵਾਲ ਪੁੱਛੇ ਗਏ ਤੇ ਉਹਨਾਂ ਦੁਆਰਾ ਇਹ ਵੀ ਕਿਹਾ ਗਿਆ ਕਿ ਡੀਏ ਹੈ ਜੋ ਉਹ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਮਲਾਜ਼ਮਾਂ ਦੇ ਨਾਲ ਕੇਂਦਰ ਦੇ ਮਲਾਜ਼ਮਾਂ ਨੂੰ ਤਾਂ ਡੀਏ 46% ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਮਲਾਜ਼ਮਾਂ ਨੂੰ ਸਿਰਫ 34% ਇਸ ਤਰ੍ਹਾਂ ਦਾ ਮਤਭੇਦ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਨਾਲ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਦੁਆਰਾ ਇਹ ਕਿਹਾ ਗਿਆ ਕਿ ਜਲਦ ਹੀ ਤੋਂ ਜਲਦ ਹੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ 4% ਦਾ ਜੋ ਡੀਏ ਹੈ ਉਹ ਦਿੱਤਾ ਜਾਵੇ ਤੇ ਮਲਾਜ਼ਮਾਂ ਨੂੰ ਮਲਾਜ਼ਮਾਂ ਦੇ ਡੀਏ ਵਿੱਚ ਵਾਧਾ ਕੀਤਾ ਜਾਵੇ ਤੇ 12% ਦੀ ਜੋ ਕਿਸ਼ਤ ਹੈ ਉਹ ਪੂਰੀ ਕੀਤੀ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਾਡਾ ਟਾਈਮ ਮੰਗਿਆ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਹੁਣ ਹੋਰ ਕਿੰਨਾ ਸਮਾਂ ਲੈਣਗੇ? 1.5 ਸਾਲ ਦਾ ਸਮਾਂ ਬੀਤ ਗਿਆ ਹੈ। ਉਹਨਾਂ ਦੁਆਰਾ ਕਿਹਾ ਗਿਆ ਕਿ ਮਲਾਜ਼ਮਾਂ ਨੂੰ ਆਸ ਸੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ ਦੇਵੇਗੀ ਦੀਵਾਲੀ ਵੀ ਲੰਘ ਗਈ ਗੁਰਪੁਰਬ ਦਾ ਤੋਹਫਾ ਦੇਵੇਗੀ ਗੁਰਪੁਰਬ ਵੀ ਲੰਘ ਗਿਆ ਪਰ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਨੂੰ ਕੋਈ ਵੀ ਤੋਹਫਾ ਨਹੀਂ ਦਿੱਤਾ ਗਿਆ ਉਹਨਾਂ ਦੁਆਰਾ ਸਾਰੇ ਸਾਰੇ ਆਲੇ ਦੁਆਲੇ ਬੈਠੇ ਹੋਏ ਮਨਿਸਟਰ ਸਾਹਿਬ ਤੇ ਆਲੇ ਦੁਆਲੇ ਬੈਠੇ ਹੋਏ ਮੰਤਰੀਆਂ ਤੋਂ ਇਹੀ ਸਵਾਲ ਕੀਤਾ ਗਿਆ ਕਿ ਹੁਣ ਬੈਠੇ ਨੇ ਉਹਨਾਂ ਨੂੰ ਕਹੋ ਕਿ ਇਹ ਜਵਾਬ ਦੇਣ ਕਿ ਪੁਰਾਣੀ ਪੈਨਸ਼ਨ ਸਕੀਮ ਕਦੋਂ ਲਾਗੂ ਕੀਤੀ ਜਾਵੇਗੀ ਤੇ ਮੁਲਾਜ਼ਮਾਂ ਦਾ ਜੋ ਡੀਏ ਹੈ ਉਹ ਕਦੋਂ ਦਿੱਤਾ ਜਾਵੇਗਾ ਉਨਾ ਦੁਆਰਾ ਇਹ ਕਿਹਾ ਗਿਆ ਕਿ ਸਵਾਲਾਂ ਦੇ ਵਿੱਚ ਅਨਹਾਈਜਨਿਕ ਨਹੀਂ ਹੋਣੇ ਚਾਹੀਦੇ ਜਦੋਂ ਵੀ ਤੁਹਾਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ ਜਿਸ ਸਵਾਲ ਦਾ ਤੁਹਾਨੂੰ ਤੁਸੀਂ ਜਵਾਬ ਨਹੀਂ ਦੇਣਾ ਹੁੰਦਾ ਉਸ ਸਵਾਲ ਤੇ ਤੁਸੀਂ ਚੁੱਪ ਹੋਣ ਨੂੰ ਕਹਿੰਦੇ ਹੋ ਤੇ ਜਦੋਂ ਤੁਸੀਂ ਕੋਈ ਜਵਾਬ ਦੇਣਾ ਹੁੰਦਾ ਹੈ ਤਾਂ ਤੁਸੀਂ ਬੋਲਦੇ ਹੀ ਰਹਿੰਦੇ ਹੋ ਇਸ ਤਰ੍ਹਾਂ ਜੋ ਮੇਰਾ ਸਵਾਲ ਹੈ ਪਹਿਲਾਂ ਉਸ ਦਾ ਜਵਾਬ ਦਿਓ ਪੰਜਾਬ ਦੇ ਜੋ ਮੁਲਾਜ਼ਮ ਨੇ ਉਹ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਹੁਣ ਹੀ ਜਵਾਬ ਦਿਓ ਕਿ ਪੁਰਾਣੀ ਪੈਨਸ਼ਨ ਸਕੀਮ ਕਦ ਲਾਗੂ ਕੀਤੀ ਜਾਵੇਗੀ ਤੇ ਮੁਲਾਜ਼ਮਾਂ ਦਾ ਡੀਏ ਕਦ ਦਿੱਤਾ ਜਾਵੇਗਾ ਕਿਉਂਕਿ ਗੁਰਪੁਰਬ ਵੀ ਲੰਘ ਗਿਆ ਤੇ ਦੀਵਾਲੀ ਵੀ ਲੰਘ ਗਈ ਪਰ ਮੁਲਾਜ਼ਮਾਂ ਨੂੰ ਨਾ ਤਾਂ ਦੀਵਾਲੀ ਦਾ ਤੋਹਫ਼ਾ ਮਿਲਿਆ ਤੇ ਨਾ ਹੀ ਗੁਰਪੁਰਬ ਦਾ ਇਸ ਤਰ੍ਹਾਂ ਬਾਜਵਾ ਸਾਹਿਬ ਜੀ ਤੋਂ ਬਾਜਵਾ ਸਾਹਿਬ ਜੀ ਦੁਆਰਾ ਇਹ ਇਹ ਸਵਾਲ ਪੁੱਛੇ ਗਏ ਜਿਸ ਦਾ ਜਵਾਬ ਕੋਈ ਵੀ ਨਹੀਂ ਸੀ ਆਸ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ